ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬਲੌਗ ਕਈਆਂ ਨੂੰ ਸਰੀਰ ਦੇ ਕਿਸੇ ਹਿੱਸੇ ਵਿੱਚ ਜਿਵੇਂ ਕੰਡ ਹੋ ਗਈ ਪੈਰ ਬਾਹ ਮੂੰ ਕਿਤੇ ਵੀ ਗੰਡਾ ਬਣ ਜਾਂਦੀਆਂ ਨੇ ਇਹ ਲੰਬੇ ਸਮੇਂ ਤੱਕ ਰਹਿੰਦੀਆਂ ਨੇ ਤੇ ਦਵਾਈਆਂ ਨਾਲ ਵੀ ਨਹੀਂ ਜਾਂਦੀਆਂ ਇਹ ਕੋਈ ਖਤਰਨਾਕ ਬਿਮਾਰੀ ਤਾਂ ਨਹੀਂ ਪਰ ਮੂੰ ਜਾਂ ਸਿਰ ਦੇ ਕਿਤੇ ਵੀ ਹੋਵੇ ਤਾਂ ਬੜੀ ਭੈੜੀ ਲੱਗਦੀ ਹੈ ਪਰ ਜਦੋਂ ਇਹ ਆਪਣੇ ਸਰੀਰ ਦੇ ਕਿਸੇ ਨਾਜ਼ੁਕ ਭਾਗ ਤੇ ਹੋ ਜਾਏ ਤਾਂ ਉਹ ਟੈਨਸ਼ਨ ਦੀ ਗੱਲ ਹੈ ਉਸ ਸਮਾਂ ਰਹਿੰਦੇ ਹੀ ਇਸਦੀ ਜ਼ਰੂਰ ਦਵਾਈ ਲਵੋ ਤੇ ਟੈਸਟ ਵੀ ਕਰਵਾਉਣੇ ਚਾਹੀਦੇ ਨੇ ਇੱਕ ਤਾਂ ਆਪਣੇ ਖਾਣ ਪੀਣ ਵਿੱਚ ਜੋ ਐ ਚਰਬੀ ਦੀ ਮਾਤਰਾ ਘਟਾਓ ਤੇ ਜੇ ਕਦੇ ਤਲੇ ਪੁਣੀ ਚੀਜ਼ ਖਾਣੀ ਵੀ ਹੈ ਤਾਂ ਹਮੇਸ਼ਾ ਸਰੋਂ ਦੇ ਤੇਲ ਦੀ ਹੀ ਵਰਤੋਂ ਕਰੋ ਹੁਣ ਆਪਾਂ ਜਾਣਦੇ ਆਂ ਵੀ ਆਪਾਂ ਘਰ ਬੈਠੇ ਇਸ ਜੋ ਬਿਮਾਰੀ ਐ ਇਸ ਤੋਂ ਕਿਵੇਂ निजात ਪਾ ਸਕਦੇ ਆਂ ਆਓ ਜਾਣਦੇ ਆਂ ਇਹਦੇ ਲਈ ਆਪਾਂ ਨੂੰ ਲਗਭਗ ਜ਼ੈਤੂਨ ਦਾ ਸਿਰਕਾ ਇੱਕ ਬੋਤਲ ਜਿਹੜੀ ਲੀਟਰ ਵਾਲੀ ਹੁੰਦੀ ਐ ਉਹ ਲੈਣੀ ਇਦੇ ਵਿੱਚ ਲਸਣ ਦਾ ਰਸ ਤੇ ਅਦਰਕ ਦਾ ਰਸ ਬਰਾਬਰ ਮਾਤਰਾ ਵਿੱਚ ਇੱਕ ਅੱਧੇ ਲੀਟਰ ਵਾਲੀ ਬੋਤਲ ਇਹ ਤਿੰਨੋਂ ਚੀਜ਼ਾਂ ਲੈ ਕੇ ਇਹ ਲਗਭਗ 2 ਕਿਲੋ ਦੇ ਬਰਾਬਰ ਇਹ ਮਿਕਸ ਬਣ ਜਾਏਗਾ ਇਹ ਜੂਸ ਬਣ ਜਾਏਗਾ ਤੇ ਇਹਨੂੰ ਤਿੰਨਾਂ ਚੀਜ਼ਾਂ ਨੂੰ ਰਲਾ ਕੇ ਇੱਕ ਐਸੀ ਬੋਤਲ ਵਿੱਚ ਪਾਣਾ ਹੈ ਜਿਹਦਾ ਢੱਕਣ ਚੰਗੀ ਤਰ੍ਹਾਂ ਲੱਗ ਜਾਵੇ ਸਭ ਤੋਂ ਪਹਿਲਾਂ ਜੈਤੂਨ ਦਾ ਜਿਹੜਾ ਰਸ ਹੈ ਜਾਂ ਜੈਤੂਨ ਦਾ ਜਿਹੜਾ ਸਿਰਕਾ ਹੈ ਉਹ ਇੱਕ ਬੋਤਲ ਲੀਟਰ ਦੇ ਬਰਾਬਰ ਫਿਰ ਲਸਣ ਦਾ ਰਸ ਤੇ ਅਦਰਕ ਦਾ ਰਸ ਇਹ ਦੋਵੇਂ ਅੱਧਾ ਅੱਧਾ ਲੀਟਰ ਹੋਣੀਆਂ ਚਾਹੀਦੀਆਂ ਇਹ ਮਿਲਾ ਕੇ 2 ਲੀਟਰ ਹੋ ਗਿਆ ਐਸੇ ਢੱਕਣ ਬੋਤਲ ਵਿੱਚ ਪਾਣਾ ਜਿਹਦਾ ਢੱਕਣ ਚੰਗੀ ਤਰ੍ਹਾਂ ਲੱਗ ਜਾਏ ਇਸ ਨੂੰ ਰੋਜ਼ ਜਦੋਂ ਰੋਟੀ ਖਾ ਲੈਣੀ ਹੈ ਉਸ ਤੋਂ ਬਾਅਦ 3 ਚਮਚ ਖਾਣੇ ਆ ਪੀਣੇ ਆ ਪਹਿਲਾਂ ਸਵੇਰੇ ਫਿਰ ਦੁਪਹਿਰੇ ਤੇ ਫਿਰ ਰਾਤ ਨੂੰ 1 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਫਰਕ ਤਿਕਨ ਲੱਗ ਜਾਏਗਾ ਜੇਕਰ ਹੌਲੀ-ਹੌਲੀ ਇਹ ਤੁਹਾਡੇ ਸਰੀਰ ਤੋਂ ਗਾਇਬ ਹੋ ਰਿਏ ਤੇ ਥੋੜੇ ਲੰਬੇ ਸਮੇਂ ਤੱਕ ਪੀਣੀ ਪੈ ਸਕਦੀ ਹੈ ਤੇ ਜੜ ਤੋਂ ਖਤਮ ਹੋ ਜਾਏਗਾ ਪਾਵੇਂ ਮੂੰਹ ਤੇ ਐ ਕੰਡ ਤੇ ਐ ਬਾਹ ਹੱਥ ਲੱਤ ਪੈਰ ਕਿਤੇ ਵੀ ਐ ਇਹ ਤੁਹਾਡੇ ਜੜੋ ਖਤਮ ਹੋ ਜਾਏਗਾ ਤੇ ਬਿਲਕੁਲ ਸਰੀਰ ਦੇ ਜਿਵੇਂ ਦੂਸਰਾ ਮਾਸ ਹੈ ਉਵੇਂ ਬਰਾਬਰ ਲੱਗੇਗਾ